ਸਾਰਿਆਂ ਦਾ ਸਾਂਝਾ ਅੰਦੋਲਨ ਆ। ਕੋਈ ਇਹ ਨਹੀਂ ਵੀ ਕੋਈ ਸ਼ਹਿਰੀ ਆ ਜਾਂ ਕੋਈ ਫਾਰਮਰ ਆ ਜਾਂ ਕੋਈ ਸ਼ੋਰ ਆ, ਸਾਰਿਆਂ ਵਾਸਤੇ ਆ, ਸਾਰਿਆਂ ਨੂੰ ਇਫੈਕਟ ਹੋਣਾ ਹੈ। ਸ਼ਹਿਰੀਆਂ ਤੇ ਵੀ ਓਨਾ ਹੀ ਇਫੈਕਟ ਪੈਣਾ ਹੈ ਜਿੰਨਾ ਕਿ ਕਿਸਾਨਾਂ ਤੇ ਪੈ ਰਿਹਾ, ਕਿਸਾਨਾਂ ਤੇ ਭਾਵੇਂ ਹਜੇ ਘੱਟ ਪਵੇ। ਮੋਦੀ ਦੇ ਖਿਲਾਫ਼ ਅਸੀਂ ਆਪਦਾ ਰੋਸ ਪ੍ਰਗਟ ਕਰ ਰਹੇ ਹਾਂ, ਜਿਹੜਾ ਅਬਾਨੀ ਦੇ ਅਡਾਨੀ ਦੇ ਅੱਗੇ ਵਿਕਿਆ ਹੋਇਆ। ਮੈਂ ਕਿਸਾਨ ਆ, ਕਿਸਾਨ ਦੀ ਧੀ ਆ, ਕਿਸਾਨ ਦੀ ਘਰ ਵਾਲੀ ਆ, ਤੇ ਮੈਂ ਇੱਕ ਪਿੰਡ ਤੋਂ ਆ, ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਸ਼ਹਿਰ ਵਾਲਿਆਂ ਨੇ ਸਾਡੇ ਲਈ ਇੱਕ ਮਾਰਚ ਕੱਢੀ ਆ, ਤੇ ਸਾਡਾ ਫਰਜ਼ ਬਣਦਾ ਕਿ ਉਹਨਾਂ ਦੇ ਨਾਲ ਖੜੇ ਹੋਣ ਦਾ, ਤੇ ਜਿੰਨਾ ਹੋ ਸਕੇ ਅਸੀਂ ਸਾਰੇ ਇਕਜੁੱਟਤਾ ਦਿਖਾਵਾਂਗੇ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਤੇ ਉਹ ਸਾਡੇ ਹਿੱਕਾਂ ਦੇ ਵਿੱਚ ਡਿਸੀਜ਼ਨ ਲੈ ਸਕਣ ਤੇ ਸਾਨੂੰ ਸਾਡੀ ਜ਼ਮੀਨ ਸਾਡੀ ਸਾਨੂੰ ਮਿਲ ਸਕੇ। ਬਿਲਕੁਲ ਬਿਲਕੁਲ, ਕਿਉਂਕਿ ਇਹ ਜਨ ਅੰਦੋਲਨ ਹੈ, ਇਹ ਹੁਣ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਜਨ ਅੰਦੋਲਨ ਹੋ ਗਿਆ ਹੋਇਆ। ਸਾਰੇ ਹਰ ਇੱਕ ਸ਼ਹਿਰੀਆਂ ਤੇ ਵੀ ਓਨਾ ਹੀ ਇਫੈਕਟ ਪੈਣਾ ਹੈ ਜਿੰਨਾ ਕਿ ਕਿਸਾਨਾਂ ਤੇ ਪੈ ਰਿਹਾ, ਕਿਸਾਨਾਂ ਤੇ ਭਾਵੇਂ ਹਜੇ ਘੱਟ ਪਵੇ, ਕਿਉਂਕਿ ਉਹਨਾਂ ਕੋਲ ਤਾਂ ਹਜੇ ਜ਼ਮੀਨਾਂ ਹੈਗੀਆਂ, ਉਹਨਾਂ ਨੇ ਤਾਂ ਆਪਦੀਆਂ ਉਗਾ ਕੇ ਖਾ ਹੀ ਲੈਣੀਆਂ ਨੇ। ਸ਼ਹਿਰੀਆਂ ਤੇ ਜ਼ਿਆਦਾ ਇਹਨਾਂ ਦਾ ਇਫੈਕਟ ਪੈਣਾ, ਕਿਉਂਕਿ ਮਹਿੰਗਾਈ ਇੰਨੀ ਵੱਧ ਜਾਣੀ ਆ, ਡੇਢ ਸੌ ਰੁਪਏ ਕਿਲੋ ਕਣਕ ਖਰੀਦ ਕੇ ਕਿੱਥੋਂ ਖਾਣਗੇ ਆਟਾ। ਉਹ ਸੁਨੇਹਾ ਜਿਹੜਾ ਇਹਨਾਂ ਨੇ ਦਿੱਤਾ ਵੀ ਸਾਰੇ ਜਣੇ ਨਿਕਲੋ, ਇਹ ਸਾਰਿਆਂ ਦਾ ਸਾਂਝਾ ਅੰਦੋਲਨ ਆ। ਕੋਈ ਇਹ ਨਹੀਂ ਵੀ ਕੋਈ ਸ਼ਹਿਰੀ ਆ ਜਾਂ ਕੋਈ ਫਾਰਮਰ ਆ ਜਾਂ ਕੋਈ ਸ਼ੋਰ ਆ, ਸਾਰਿਆਂ ਵਾਸਤੇ ਆ, ਸਾਰਿਆਂ ਨੂੰ ਇਫੈਕਟ ਹੋਣਾ ਇਹਦਾ। ਇਸ ਕਰਕੇ ਸਾਰੇ ਇਕੱਠੇ ਆ, ਇੱਕ ਯੂਨਿਟੀ ਦੇ ਤੌਰ ਦੇ ਉੱਤੇ ਵੀ ਇਹਨੂੰ ਦਿਖਾਇਆ ਜਾ ਰਿਹਾ ਵੀ ਸਾਰਿਆਂ ਨੂੰ ਨਿਕਲਣਾ ਚਾਹੀਦਾ ਆ, ਜਿਹੜੇ ਬੈਠੇ ਆ ਉਹਨਾਂ ਨੂੰ ਵੀ ਨਿਕਲਣਾ ਚਾਹੀਦਾ। ਭਰਾਵਾਂ ਦਾ ਸਹਿਯੋਗ ਆ, ਜਿੰਨੇ ਵੀ ਸਾਡੇ ਹੈਗੇ ਆ ਕਿਸਾਨ ਭਰਾ, ਇਹ ਸਿਰਫ ਮੋਦੀ ਦੇ ਖਿਲਾਫ਼ ਅਸੀਂ ਆਪਦਾ ਰੋਸ ਪ੍ਰਗਟ ਕਰ ਰਹੇ ਹਾਂ, ਜਿਹੜਾ ਅਬਾਨੀ ਦੇ ਅਡਾਨੀ ਦੇ ਅੱਗੇ ਵਿਕਿਆ ਹੋਇਆ, ਇਹ ਬਹੁਤ ਮਾੜੀ ਗੱਲ ਹੈ। ਜਿਹੜਾ ਆਟਾ ਅੱਜ ਕਈ ਗਰੀਬ ਵਰਗ ਨੂੰ 20 ਰੁਪਏ 25 ਰੁਪਏ ਮਿਲ ਰਿਹਾ, ਉਹ ਸਿੱਧਾ ਹੀ ਇਹਨਾਂ ਨੇ 80 ਰੁਪਏ 100 ਰੁਪਏ ਕਰ ਦੇਣਾ। ਉੱਧਰ ਗਰੀਬ ਬੰਦੇ ਨੂੰ ਪਤਾ ਲੱਗਣਾ, ਜਿਹੜੇ ਅਵੇਅਰ ਨਹੀਂ ਹੈਗੇ, ਜਿਹੜੇ ਰੌਲਾ ਪਾਈ ਜਾਂਦੇ ਕੋਈ ਗੱਲ ਨਹੀਂ, ਇਹ ਉਦੋਂ ਪਤਾ ਲੱਗੂ ਉਹਨਾਂ ਨੂੰ। ਆਪ ਦੇਖ ਸਕਦੇ ਹੋ ਕੱਠ ਹਾਰਲੇ ਦਾ, ਕਾਰਾਂ ਦਾ, ਲੇਡੀਜ਼ ਦਾ, ਟਰੈਕਟਰ ਦਾ, ਤੁਸੀਂ ਆਪ ਦੇਖੋ ਕਿੰਨੇ ਬਹੁਤ ਜ਼ਿਆਦਾ ਇਕੱਠ ਹੋ ਗਿਆ, ਸਾਡੀ ਸੋਚ ਤੋਂ ਵੀ ਪਰੇ ਹੋ ਗਿਆ। ਇਹ ਲੋਟੋਵਾਲ ਟੋਲ ਪਲਾਜ਼ਾ ਤੱਕ ਹੈ ਜੀ, ਉੱਥੋਂ ਫਿਰ ਵਾਪਸੀ। ਇਹ ਸ਼ਹਿਰੀ ਵੱਲੋਂ ਉਪਰਾਲਾ ਜੀ, ਤੇ ਅਸੀਂ ਇਸ ਚੀਜ਼ ਦਾ ਖਿਆਲ ਰੱਖਦੇ ਹੋਏ ਕਿ ਸ਼ਹਿਰ ਚ ਪ੍ਰੋਬਲਮ ਨਾ ਹੋਵੇ, ਰਸ਼ ਨਾ ਹੋਵੇ, ਅਸੀਂ ਬਾਰ ਬਾਰ ਰੈਲੀ ਰੱਖੀ ਆ ਕਿ ਕਿਸੇ ਨੂੰ ਤਕਲੀਫ਼ ਨਾ ਹੋਵੇ।